बारे में लिखा कितों के रहने वाले हो ते 1992 ਦੇ ਵਿੱਚ ਕੀ ਹੋਇਆ ਸਕਟ ਹਾਂ ਜੀ ਅਸੀਂ ਜਸਵੰਤ ਨਗਰ ਦੇ ਰਹਿਣ ਵਾਲੇ ਆ 1992 ਦੇ ਵਿੱਚ ਬਹੁਤ ਵੱਡਾ ਘੇਰਾ ਪਿਆ ਜਿਹਦੇ ਵਿੱਚ ਸਾਡੇ ਪਿੰਡ ਚੋਂ ਤੇਲ ਜਾਣੇ ਫੜ ਕੇ ਲੈ ਗਏ ਮੇਰੇ ਪਤੀ ਤੇ ਦੋ ਜਣੇ ਫੜ ਕੇ ਲੈ ਗਏ ਸਾਨੂੰ ਇਹਨਾਂ ਨੇ ਜਿਉਂ ਫੜ ਕੇ ਲੈ ਗਏ ਕੁਛ ਨਹੀਂ ਸਾਨੂੰ ਦਿੱਤਾ ਪਤਾ ਨਹੀਂ ਸਾਡਾ ਪਤੀ ਇਹਨੂੰ ਕਿੱਥੇ ਮਾਰ ਕੇ ਸੁੱਟਿਆ ਕਿੱਥੇ ਨਹੀਂ ਸੁੱਟਿਆ ਕੀ ਅਗਲੇ ਦਿਨ ਫਿਰ ਕੀ ਕਿਹਾ ਗਿਆ ਸੀ ਅਗਲੇ ਦਿਨ ਅਸੀਂ ਪੰਚਾਇਤ ਗਏ ਆ ਪੰਚਾਇਤ ਨੂੰ ਕੋਈ ਨਿਆਂ ਨਹੀਂ ਦਿੱਤਾ ਤੇ ਬਾਕੀ ਦੋ ਜਣੇ ਜੇਲ੍ਹ 'ਚ ਭੇਜ ਦਿੱਤੇ ਉਹ ਮਗਰੋਂ ਇਹਨਾਂ ਨੂੰ ਛਡਾ ਕੇ ਲਿਆਂਦੇ ਤੁਹਾਡੇ ਪਤੀ ਦਾ ਤੁਹਾਨੂੰ ਪਤਾ ਨਹੀਂ ਲੱਗਿਆ ਨਾ ਕੋਈ ਪਤਾ ਨਹੀਂ ਲੱਗਿਆ ਕੀ ਕਿਹਾ ਗਿਆ ਸੀ ਪੁਲਿਸ ਵੱਲੋਂ ਪੁਲਿਸ ਵਾਲੇ ਤਾਂ ਕਹਿੰਦੇ ਜੀ ਭੱਜ ਗਿਆ ਭਗੋੜਾ ਕਰਾ ਦਿੱਤਾ ਸੀ ਦੇਖੋ 30 ਗੱਡੀਆਂ ਦੇ ਵਿੱਚੋਂ ਉਹ ਪਤਾ ਨਹੀਂ ਕਿਸ ਤਰ੍ਹਾਂ ਭੱਜ ਗਿਆ ਹੱਸ ਮੇਰੇ ਹਸਬੰਡ ਖਾਲੀ ਸੀ ਤੇ ਇਹਨਾਂ ਦੇ ਕੋਲ 30 ਗੱਡੀਆਂ ਦੇ ਕੋਲ ਅਸਰਾ ਸੀ ਮਿਲਟਰੀ ਵੀ ਸੀ ਪੁਲਿਸ ਪੰਜਾਬ ਪੁਲਿਸ ਵੀ ਸੀ ਤਾਂ ਪਰ ਪਤਾ ਨਹੀਂ ਇਹਨਾਂ ਦੇ ਇੰਨੇ ਅਸਰੇ ਦੇ ਵਿੱਚੋਂ ਨਿਕਲ ਆੜਾ ਕਿਦਾਂ ਕਿਦਾਂ ਭੱਜ ਗਿਆ ਖਾਲੀ ਭਗੋੜਾ ਕਰਾ ਦਿੱਤਾ ਅੱਜ 30 ਸਾਲ ਬਾਅਦ ਤੁਸੀਂ ਮੀਡੀਆ ਦੇ ਸਾਹਮਣੇ ਆਏ ਹੋ ਕੀ ਕਹਿਣਾ ਚਾਹੁੰਦੇ ਹੋ ਕੀ ਹੋਇਆ ਜੇ ਇਨਸਾਫ ਮਿਲ ਗਿਆ ਸਾਡੇ ਨਾਲ ਸਾਹਿਬਜ਼ਾਦਿਆਂ ਵਾਲੀ ਸੁਣਦਿਆਂ ਦੇ ਵੀ ਗੁਰੂ ਗੋਬਿੰਦ ਸਿੰਘ ਦੇ ਲਾਦਾ ਨੂੰ ਜਿਹਨਾਂ ਨੂੰ ਦੁਨੀਆਂ 'ਚ ਚੁਣਾਇਆ ਗਿਆ ਸੀ ਮੇਰੇ ਹਸਬੈਂਡ ਨੂੰ ਜਿੰਦੇ ਨੂੰ ਫੜ ਕੇ ਲਿਜਾ ਕੇ ਬੇਤਕਸੀਆ ਕੁੱਟ ਕੁੱਟ ਕੇ ਮਾਰਿਆ ਗਿਆ ਇਸ ਤੋਂ ਵੱਡਾ ਦੁਨੀਆਂ 'ਚ ਕੋਈ ਜੁਰਮ ਨਹੀਂ ਕੋਈ ਅਸਰ ਨਹੀਂ ਇਸ ਐਸੀ ਜਾਣਕਾਰੀ ਤੁਹਾਨੂੰ ਕਿਵੇਂ ਮਿਲੀ ਕਿ ਉਹਨਾਂ ਦੇ ਨਾਲ ਉਸ ਵੇਲੇ ਕੀ ਹਾਲਾਤ ਉੱਥੇ ਅੰਦਰ ਵਾਪਰੇ ਸੀ ਸਾਡੇ ਹੁਣ ਪਿੰਡ ਦੇ ਨਾਲ ਦੇ ਫੜੇ ਸੀ ਉਹਨਾਂ ਨੂੰ ਕੁੱਟਦੇ ਸੀ ਉਹਨਾਂ ਦੱਸਿਆ ਇਹਦਾ ਵੀ ਕੁੱਟਿਆ ਵਾ ਉਹਨਾਂ ਕਿਹਾ 10 ਤਰੀਕ ਤੱਕ ਇਹਨਾਂ ਨੇ ਤੇ ਉਦੋਂ ਦਾ ਕਹਿਤਾ ਭੱਜ ਗਿਆ ਸਾਡੇ ਪਿੰਡ ਦੀਆਂ ਗਵਾਹੀਆਂ ਵੀ 10 ਤਰੀਕ ਤੱਕ ਨਾਲ ਰਹਿ ਅੱਜ ਸਜ਼ਾ ਮਿਲੀ ਹੈ ਜਿਹੜੀ 3 ਪੁਲਿਸ ਅਧਿਕਾਰੀਆਂ ਨੂੰ ਉਹ ਕੌਣ ਨੇ ਤੇ ਕਿਹੜੇ ਕਿਹੜੇ ਅਹੁਦੇ ਤੇ ਸੀ ਜਿਨ੍ਹਾਂ ਨੂੰ ਅੱਜ ਸਜ਼ਾ ਸੁਣਾਈ ਗਈ ਹੈ ਬਲਕਾਰ ਸਿੰਘ ਏਆਈਜੀ ਉਦਮ ਸਿੰਘ ਤੇ ਸਾਹਿਬ ਸਿੰਘ ਸੰਤੁਸ਼ਟ ਹੋ ਜਿਹੜੀ ਅੱਜ ਸਜ਼ਾ ਮਿਲੀ ਹੈ ਉਹਨਾਂ ਨੂੰ ਇਹਨਾਂ ਹੈ ਵੀ ਆ ਵੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲੀ ਆ ਚਲੋ ਮੇਰੇ ਘਰ ਵਾਲੇ ਨੂੰ ਇਹਨਾਂ ਨੇ ਅੱਤਵਾਦੀਆ ਬਣਾਇਆ ਸੀ ਅੱਜ ਮੇਰੇ ਬੱਚਿਆਂ ਦੇ ਸਿਰ ਤੋਂ ਕਾਖ ਦਾ ਧੱਪਾ ਲੱਥ ਗਿਆ ਜੇ ਮੇਰੇ ਘਰ ਵਾਲਾ ਅੱਤਵਾਦੀਆ ਨਹੀਂ ਸੀ ਹੋਰ ਹੁਣ ਇਹਨਾਂ ਗੱਲਾਂ ਜ਼ਰੂਰ ਮਿਲ ਗਿਆ ਵੀ ਉਹ ਅੱਤਵਾਦੀਆ ਨਹੀਂ ਸੀ ਇਹਨਾਂ ਨੇ ਜਿਹੜਾ ਵੱਡਾ ਧੱਪਾ ਲਾਇਆ ਕਾਖ ਦਾ ਅਤੇ ਪਰ ਸੰਤੁਸ਼ਟ ਇੰਨੀ ਆਤਮਾ ਨੂੰ ਸ਼ਾਂਤੀ ਵੀ ਨਹੀਂ ਵੀ 30 ਸਾਲ ਹੋ ਗਏ ਧੱਕੇ ਖੁੱਲਿਆ ਨੂੰ ਅਤੇ 30 ਸਾਲਾਂ ਦੇ ਵਿੱਚ ਸਭ ਕੀ ਉਹਨਾਂ ਨੂੰ 3 ਸਾਲ ਸਜ਼ਾ ਔਰ ਸਾਨੂੰ ਕੋਈ ਸਹਾਇਤਾ ਨਹੀਂ ਸਿਰਫ ਹਾਈ ਕੋਰਟ 'ਚੋਂ 1.5 ਲੱਖ ਰੁਪਇਆ ਦਿੱਤਾ ਗਿਆ ਸੀ ਹੁਣ ਅੱਗੇ ਤੁਸੀਂ ਫਿਰ ਲੜਾਈ ਲੜੋਗੇ ਹਾਂ ਜੀ ਅਦਾਲਤ ਦੇ ਵਿੱਚ ਅਸੀਂ ਉੱਪਰੀ ਅਦਾਲਤ ਵਿੱਚ ਜਾਵਾਂਗੇ ਜ਼ਰੂਰ ਜਾਵਾਂਗੇ ਕੀ ਜਿਹੜੇ 5 ਦੋਸ਼ੀ ਜਿਹੜੇ ਪੁਲਿਸ ਅਧਿਕਾਰੀ ਤੁਸੀਂ ਕਹਿ ਰਹੇ ਹੋ ਉਹਨਾਂ ਨੂੰ ਬਰੀ ਕਰ ਦਿੱਤਾ ਗਿਆ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਚਾਹੀਦਾ ਤਾਂ ਸਭ ਨੂੰ ਸੀ ਵਿੱਚ ਕਿਉਂਕਿ ਉਹ ਵੀ ਨਾਲ ਹੀ ਆਏ ਸੀ ਗੱਡੀਆਂ ਨੂੰ ਪਰ ਇਹ ਵੀ ਅਸੀਂ ਇਹਨਾਂ ਤਿੰਨਾਂ ਨੂੰ ਜਦੋਂ ਜਾਣ ਦੇ ਮੌਕੇ ਤੇ ਥਾਣੇਦਾਰ ਤੇ ਇਹ ਸੀ ਜਿਹੜੇ ਸੀਗੇ ਉਹ ਤਾਂ ਚੜਾ ਕੇ ਗੱਡੀਆਂ ਤਾਂ ਲੈ ਆਏ ਕੁਛ ਭਾਈ ਸੀ ਕੋਈ ਡਰਾਈਵਰ ਹੀ ਗੱਡੀ ਦਾ ਕਿਵੇਂ ਕਿਵੇਂ ਨਹੀਂ ਤਾਂ ਪਰ ਉਹਨਾਂ ਦਾ ਕਸੂਰ ਵੀ ਲਾ ਲਓ ਤਾਂ ਭਾਵੇਂ ਨਾਂ ਵੀ ਲਾ ਲਓ ਕਿਉਂਕਿ ਉਹਨਾਂ ਨੂੰ ਚੜਾ ਕੇ ਲੈ ਜਿੱਧਰ ਉਹਨਾਂ ਦਾ ਹੁਕਮ ਹੈ ਲੈ ਤੁਰਿਆ ਪਰ ਇਹਨਾਂ ਨੂੰ ਤਾਂ ਸਜ਼ਾ ਜਿਹੜੀ ਆ ਵੱਧ ਮਿਲੀ ਫਿਰ ਅਦਾਲਤ ਦੇ ਵਿੱਚ ਜਾਵਾਂਗੇ ਹਾਂਜੀ ਜ਼ਰੂਰ ਜਾਵਾਂਗੇ ਅਦਾਲਤ ਦੇ ਵਿੱਚ ਬੜੇ ਵਕਤਾਂ ਨਾਲ ਮੈਂ ਪਾਲਿਆ ਮੈਨੂੰ ਪਤਾ ਜਾਂ ਉਸ ਪਰਮਾਤਮਾ ਨੂੰ ਪਤਾ ਵੀ ਜਿਸ ਤਰ੍ਹਾਂ ਮੈਂ ਇਹਨਾਂ ਬੱਚਿਆਂ ਨੂੰ ਇੱਥੋਂ ਤੱਕ ਆਪਾਂ ਨੂੰ ਪਾਲਿਆ ਬਿਨਾਂ ਆਦਮੀ ਤੋਂ ਕੋਈ ਸਾਰਾ ਖਰਚੇ ਦਾ ਨਹੀਂ ਕੋਈ ਕੁਛ ਨਹੀਂ ਮਾਂ ਬਾਪ ਮੇਰੇ ਸੌਦਾ ਦੇ ਕੇ ਜਾਂਦੇ ਨੇ ਇੱਥੇ ਰਹਿੰਦੇ ਰਹੇ ਜਿਸ ਤਰ੍ਹਾਂ ਮੈਂ ਆਪਣੇ ਬੱਚਿਆਂ ਦੀ ਪਾਲਣ ਪੋਸ਼ਣ ਕੀਤੀ ਇਹਨਾਂ ਨੇ ਕੋਠੀਆਂ 'ਚ ਗੁਜ਼ਾਰਾ ਕਰ ਲਿਆ ਮੈਂ ਭੁੰਜੇ ਸੌਂ ਕੇ ਗੁਜ਼ਾਰਾ ਕਰ ਲਿਆ ਇਹਨਾਂ ਮੀਟ ਨਾਲ ਰੋਟੀਆਂ ਖਾ ਲਈਆਂ ਮੈਂ 4 ਨਾਲ ਰੋਟੀਆਂ ਖਾ ਕੇ ਗੁਜ਼ਾਰਾ ਕਰ ਲਿਆ ਪਰ ਲੇਕਿਨ ਮੈਨੂੰ ਦੁੱਖ ਆ ਕਿ ਮੇਰੀ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਮੇਰੇ ਬੱਚਿਆਂ ਨੂੰ ਕੋਈ ਸਾਨੂੰ ਮਾਲੀ ਸਹਾਇਤਾ ਨਹੀਂ ਦਿੱਤੀ ਗਈ ਕੋਈ ਨੌਕਰੀ ਨਹੀਂ ਦਿੱਤੀ ਗਈ ਕਿਸੇ ਜੀ ਨੂੰ ਜੇਕਰ ਤੁਸੀਂ ਸਟੱਡੀ ਜਾਂ ਇਮੀਗ੍ਰੇਸ਼ਨ ਬੇਸਿਸ ਤੇ ਵਿਦੇਸ਼ ਜਾਣਾ ਚਾਹੁੰਦੇ ਹੋ ਤਾਂ ਚਿੰਤਾ ਦੀ ਕੀ ਗੱਲ ਗਲੋਬਲ ਵਾਈਜ਼ ਸਟੱਡੀ ਅਬਰਾਡ ਕੰਸਲਟੈਂਟਸ ਤੁਹਾਡੀ ਹਰ ਕਦਮ ਤੇ ਮਦਦ ਕਰੇਗਾ ਫ੍ਰੀ ਕਰੀਅਰ ਕਾਉਂਸਲਿੰਗ ਹੋਵੇ ਸਟੂਡੈਂਟ ਐਡਮਿਸ਼ਨ ਜਾਂ ਸਟੱਡੀ ਰਿਪੋਰਟ ਹੋਵੇ ਆਈਐਲਟੀਐਸ ਕੋਚਿੰਗ ਹੋਵੇ ਸਟੂਡੈਂਟ ਲੋਨ ਹੋਵੇ ਪ੍ਰੀ ਡਿਪਾਰਚਰ ਬਰੀਫਿੰਗ ਅਕੋਮੋਡੇਸ਼ਨ ਪੇਰੈਂਟਸ ਦੇ ਨਾਲ ਫਾਲੋ ਅਪ ਮਾਈਗ੍ਰੇਸ਼ਨ ਸਰਵਿਸਿਜ਼ ਇੱਥੋਂ ਤੱਕ ਕਿ ਇੰਟਰਨਸ਼ਿਪ ਪ੍ਰੋਗਰਾਮ ਮਾਈ ਕਾਲਜ ਐਪਲੀਕੇਸ਼ਨ ਐਂਡ ਵੀਜ਼ਾ ਪ੍ਰੋਸੈਸ ਵਾਸ ਡਨ ਵਿਦ ਦੇਅਰ ਹੈਲਪ ਓਨਲੀ ਮਾਈ ਐਕਸਪੀਰੀਅੰਸ ਹੇਅਰ ਵਾਸ ਵੈਰੀ ਗ੍ਰੇਟ ਵਾਸ ਅ ਸਮੂਥ ਪ੍ਰੋਸੈਸ There were no difficulties. I received my visa within 70 days. From getting an LOA from the college to getting the port of entry or the Canadian visa, all the process was done smoothly with the help of the agents. ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।